ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਜ਼ੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਹੈ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਹੈ ਕੱਚੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਵੀਰਾਂ ਭਰਾਵਾਂ ਤੇ ਸੱਜਣਾਂ ਨੂੰ ਮਿਲਦਾ ਰਹੇ। ਵੀਰਾਂ ਵਾਸਤੇ ਅੱਜ ਅੱਲਾ ਦੇ ਫਜ਼ਲ ਨਾਲ ਇੱਕ ਬ੍ਰਾਂਡ ਲੈ ਕੇ ਹਾਜ਼ਰ ਹੋਏ ਹਾਂ, ਔਰ ਇੱਕ ਬ੍ਰਾਂਡ ਹੈ ਨੀਲੀ ਦਾ, ਵੀਰਾਂ ਦੀ ਤਵੱਜੋ ਦਾ ਮਰਕਜ਼ ਹੈ। ਲੈਣੇ ਦੇਣੇ ਮੁਕੱਦਰ ਨੇ ਮੁਸ਼ਕਲ ਜੁੱਟੀ ਹੈ ਇੱਕੋ ਰੰਗ ਦੀ, ਸਿੱਟਾ ਪੁਛਲ ਦਾ ਚਿੱਟਾ, ਵਲੈਤਰਾਂ ਗਾਈ ਵਾਲਾ ਖਾਣ, ਓਡਾ ਹੀ ਹਵਾਨਾ। ਰੇਟ ਮੁੱਲ ਭਾਵ ਮਾਲਕ ਦੀ ਮਰਜ਼ੀ ਦਾ, ਤੁਸੀਂ ਆਪਦੀ ਮਰਜ਼ੀ ਨਾਲ ਲਾਉਣਾ। ਤੁਹਾਨੂੰ ਲੱਗੇ ਰੁਪਈਆ, ਤੁਸੀਂ ਤੁਹਾਨੂੰ ਲੱਗੇ ਦਵਾਨੀ ਦੀ ਚੰਗੀ, ਤੁਹਾਨੂੰ ਲੱਗੇ ਕਰੋੜ ਦੀ ਚੰਗੀ, ਤੁਸੀਂ ਆਪਣੇ ਹਿਸਾਬ ਨਾਲ ਲੈਣੀ ਹੈ। ਮਾਲਕਾਂ ਨੇ ਆਪਣੇ ਹਿਸਾਬ ਨਾਲ ਵੇਚਣੀ ਹੈ। ਲੈਣੇ ਦੇਣੇ ਮੁਕੱਦਰ ਨੇ। ਇਹ ਬੁਲਬੁਲ ਦਾ ਬੱਚਾ ਵੀਰਾਂ ਵਾਸਤੇ ਅਸੀਂ ਲੈ ਕੇ ਹਾਜ਼ਰ ਹੋਏ ਹਾਂ, ਔਰ ਇਨਸ਼ਾਅੱਲਾ ਜ਼ਮਾਨਾ ਫਿਰਾਂਗੇ, ਇਲਾਕਾ ਫਿਰਾਂਗੇ, ਮਾਰਕੀਟ ਪੂਰੀ ਫਿਰੋਗੇ, ਨੀਲੀ ਬਾਰ ਦਾ ਇਲਾਕਾ ਸਾਰਾ ਫਿਰੋਗੇ, ਤੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਇਹ ਜਿਹਾ ਹੀਰਾ ਨਹੀਂ ਲੱਭਣਾ। ਬਾਕੀ ਲੈਣੇ ਦੇਣੇ ਮੁਕੱਦਰ ਨੇ। ਚੋਪੇ ਲੱਗੇ ਨੇ, ਚੋਪੇ ਰਸਗੁੱਲੇ ਲਾਈ ਫਿਰਦੀ ਹੈ। ਜੋਟੀ ਨੂੰ ਖੁੱਡਾ ਚੈੱਕ ਕਰਨਾ ਹੈ, ਹੱਡੀ ਜੋਟੀ ਨੂੰ ਚੈੱਕ ਕਰਨੀ ਹੈ। ਜੋਟੀ ਨੂੰ ਮਾਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਸਾਰੀਆਂ ਤਸੱਲੀਆਂ ਕਰਨੀਆਂ ਨੇ, ਹਰ ਐਂਗਲ ਤੋਂ, ਹਰ ਲੈਵਲ ਤੋਂ। ਪਹਿਲਣ ਜੋਟੀ ਸਾਫ਼, ਤੁੰਨੀ ਕੌਲੇ ਦਾ ਨਿਸ਼ਾਨ ਕੋਈ ਨਹੀਂ। ਲੈਣੇ ਦੇਣੇ ਮੁਕੱਦਰ ਨੇ। ਮਾਸ਼ਾਅੱਲਾ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ ਹਰ ਲੈਵਲ ਤੋਂ। ਇਨਸ਼ਾਅੱਲਾ ਵੀਰਾਂ ਵਾਸਤੇ ਤੋਹਫ਼ੇ, ਔਰ ਇਹ ਨਹੀਂ ਕਿ ਨੀਵੀਆਂ ਕਰਕੇ ਲੋਕਾਂ ਦਾ ਲਮਕਾ ਕੇ ਸਿਰ ਜਨਾਬ ਵਿੱਚ ਖਾਲੇ ਦੇ ਸੱਟ ਕੇ, ਇਹ ਜਿਹਾ ਕੰਮ ਨਹੀਂ। ਇਹ ਕਰਮ ਵਾਲੀ ਜਿੱਥੇ ਮਰਜ਼ੀ ਖਲੋ ਜਾਵੇ ਮਾਸ਼ਾਅੱਲਾ ਮੇਲੇ ਲਾ ਛੱਡਦੀ। ਕਰਮ ਵਾਲੀ ਨੇ ਅੱਲਾ ਨੇ ਹੁਸਨ ਹੀ ਐਡਾ ਦਿੱਤਾ ਹੈ, ਅੱਲਾ ਨੇ ਨੂਰ ਹੀ ਐਡਾ ਭਰ ਦਿੱਤਾ ਹੈ ਕਿ ਦੱਸਣ ਪੁੱਛਣ ਦੀ ਲੋੜ ਹੀ ਕੋਈ ਨਹੀਂ। ਕੈਮਰੇ ਦੇ ਵਿੱਚ ਉਹ ਪਹਿਲਣ ਹੋ ਕੇ ਸੂਹ ਚੱਕੀ ਫਿਰਦੀ ਹੈ, ਪਹਿਲਣ ਹੋ ਕੇ ਸੂਹ ਚੱਕੀ ਫਿਰਦੀ ਹੈ, ਡੋਡੇ ਚੱਕੀ ਫਿਰਦੀ ਹੈ, ਮਰਲੇ ਮਰਲੇ ਦੀ ਬਿਹਤਰੀਨ ਵੰਡ। ਮੈਂ ਇਹਨੂੰ ਖੂਬਸੂਰਤੀਆਂ ਦੇ ਹੁਸਨ ਸਾਰੇ ਪੂਰੇ, ਅੱਖਾਂ ਕਾਲੀਆਂ, ਬਿਲਕੁਲ ਪਲਵਾਨ ਦੇ ਤੁਰੇ ਵਰਗੀ ਇੱਕ ਹੱਡੀ, ਔਰ ਮਾਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਪੂਰੀ ਬਲੈਤੀ ਮਾਝੇ, ਪੂਰੀ ਨੀਲੀ ਦੀ ਏ। ਅੱਲਾ ਦੀ ਬਣਾਈ ਮਖਲੂਕ ਏ, ਅੱਲਾ ਦਾ ਬਣਾਇਆ ਮਾਲ ਏ। ਇੱਕ ਤੋਂ ਇੱਕ ਵੱਧ ਚੀਜ਼ਾਂ, ਅਨਮੋਲ ਚੀਜ਼ਾਂ ਮਾਰਕੀਟ 'ਚ ਆਉਂਦੀਆਂ ਰਹਿੰਦੀਆਂ ਨੇ, ਪਰ ਨੀਲੀ 'ਚ ਇਨਸ਼ਾਅੱਲਾ ਇਹ ਜੀ ਨਾ ਜਾਪੇਗੀ, ਨਾ ਆਵੇਗੀ। ਇਹ ਵੀ ਗੱਲਾਂ ਨੇ, ਹਮੇਸ਼ਾ ਕੋਈ ਨਾ ਕੋਈ ਹੀਰਾ ਨੀਲੀ 'ਤੇ ਨਿਕਲਦਾ ਰਹਿੰਦਾ। ਰੇਟ ਮੁੱਲ ਪਾ ਨਸਲ ਦਾ ਤੁਹਾਡੇ ਸਾਹਮਣੇ, ਕੈਮਰਾਮੈਨ ਦਾ ਮੂੰਹ ਬੁੱਤੀ ਵਿਖਾਓ ਮੈਂ ਦੀ, ਅਤੇ ਜਨਾਬ ਅੱਖਾਂ ਵਿਖਾਓ। ਉਸ ਤੋਂ ਬਾਅਦ ਫਿਰ ਆਪਾਂ ਮਾਲਕ ਨਾਲ ਟੋਰ ਫੇਰ ਕੇ ਦੀ ਗੱਲ ਕਰੀਏ। ਗੱਲ ਆਪਾਂ ਪੱਕੀ ਪੀਡੀ ਕਰਨੇ ਹੈ, ਕੋਈ ਲੰਮੀ ਚੌੜੀ ਗੱਲ ਕੋਈ ਨਹੀਂ ਹੁੰਦੀ ਸਾਡੀ। ਇਨਸ਼ਾਅੱਲਾ ਸਿਰ ਕੁੰਡਾ ਵਿੱਚ ਜਨਾਬ ਮੋਤੀ ਤਰ੍ਹਾਂ ਜੋੜ ਕੇ ਰੱਖਿਆ ਹੋਇਆ, ਅੱਖਾਂ ਕਾਲੀਆਂ ਨੂੰ ਮੈਂ ਇਹਨੂੰ ਤੌਣ, ਵਲੈਤ ਲੰਮੀ ਬੁੱਥੀ ਮੈਂ ਇਹਨੂੰ ਚੰਗੀ ਲੰਮੀ, ਪਹਿਲਣ ਮੈਂ ਹੋ ਕੇ ਮਾਸ਼ਾਅੱਲਾ ਅੱਲਾ ਨੇ ਬੜੇ ਹੁਸਨ ਜਮਾਲ ਅਤੇ ਬੜੀ ਬਰਕਤ ਪਾਈ ਹੈ। ਬੜਾ ਜਨਾਬ ਲਿਬਾਸ ਲੱਗਿਆ, ਬੜਾ ਜਨਾਬ ਚੱਟਾ ਲੱਗਿਆ ਮੈਂ ਇਹਨੂੰ, ਬੜੇ ਜਨਾਬ ਮੈਂ ਇਹਨੂੰ ਮਾਸ਼ਾਅੱਲਾ ਟੋਲਿਆਂ ਰੰਗੇ ਥਣ ਲੱਗੇ ਨੇ। ਇਹ ਜੀਆਂ ਤਾਂ ਆਮ ਜੰਮਦੀਆਂ ਕੋਈ ਨਹੀਂ, ਇਹ ਜੀਆਂ ਤਾਂ ਆਮ ਜੰਮਦੀਆਂ ਹੀ ਕੋਈ ਨਹੀਂ, ਔਰ ਅਸੀਲਤਾ ਚੋਟੀ ਨੂੰ ਆਹ ਮਾਸ਼ਾਅੱਲਾ ਚੈੱਕ ਕਰ, ਚੈੱਕ ਕਰਨੀਆਂ ਨੇ ਮਾਸ਼ਾਅੱਲਾ ਦੇ ਕਮੈਂਟ ਕਰਨੇ ਨੇ। ਕੋਈ ਬੰਦਾ ਲੱਲੀ ਛੱਲੀ ਜਿਹੜਾ ਗਲਤ ਕਮੈਂਟ ਨਾ ਕਰੇ। ਲੈਣੇ ਦੇਣੇ ਮੁਕੱਦਰ ਨੇ, ਕਿਉਂਕਿ ਬੰਦਿਆਂ ਨੂੰ ਆਦਤ ਹੁੰਦੀ ਹੈ ਚੰਗੀ ਸ਼ਾਇਦ ਵੀ ਬੈੜਾ ਕਮੈਂਟ ਕਰਨਾ। ਕੁਛ ਬੰਦੇ ਦੇ ਨਸੀਬਾਂ 'ਚ ਇਹ ਗੱਲ ਹੁੰਦੀ ਹੈ, ਚੰਗੇ ਹੁੰਦੇ ਨੇ ਤਾਂ ਗੱਲ ਬੈੜੀ ਕਰਨੀ ਹੁੰਦੀ ਹੈ, ਲੇਕਿਨ ਅੱਜ ਵੀ ਜੇ ਬੈੜੇ ਕਰਨ ਨਾ ਤਾਂ ਫਿਰ ਅੱਲਾ ਦੇ ਸਪੋਰਟ ਯਾਰ, ਮਾਲਕ ਦੇ ਮਾਲ ਹੈ, ਮੁੱਲ ਭਾਵੇਂ ਜਿੰਨਾ ਮਰਜ਼ੀ ਕਰੇ, ਰੂਹ ਨੂੰ ਤਸਕੀਨ ਨਾ ਮਿਲੇ, ਦਿਲ ਠਰੇ ਨਾ, ਸੋਹਣੀ ਕਰਕੇ ਮਾਸ਼ਾਅੱਲਾ ਮਾਸ਼ਾਅੱਲਾ ਕਰਨਾ। ਔਰ ਕਮੈਂਟ ਕਰਨੇ ਨੇ, ਵੀਡੀਓ ਨੂੰ ਲਾਈਕ ਆਉਣੇ ਚਾਹੀਦੇ ਨੇ,
ਔਰ ਕਮੈਂਟ ਆਣੇ ਚਾਹੀਦੇ ਨੇ ਅੱਛੇ, ਕਿਉਂਕਿ ਅਸੀਂ ਵੀਰਾਂ ਨੇ ਮਿਹਨਤ ਕਰਕੇ ਬ੍ਰਾਂਡ ਦੇ ਜਾਨਵਰ ਵਿਖਾਏ ਨੇ, ਬ੍ਰਾਂਡਡ ਜਾਨਵਰ ਵਿਖਾਏ ਨੇ, ਗੱਲੀ ਬਾਤੀ ਵਾਲੇ ਨਹੀਂ। ਬੁਲਬੁਲ ਦੇ ਬੱਚੇ ਉਹਨਾਂ ਹੀ ਲੈਣੇ ਜਿਹਨਾਂ ਨੂੰ ਪਤਾ ਨੀਲੀ ਦਾ, ਇਹ ਕੱਢੀਏ ਭਲਵਾਨ ਦੇ ਤੁਰੇ ਵਰਗੀ ਮੈਂ ਤੁਰਦੀ ਹੈ, ਮਾਸ਼ਾਅੱਲਾ ਕਿਆ ਬਾਤ, ਕੱਟ ਕੱਟ ਤੁਰਦੀ ਹੈ, ਪਹਿਲਾਂ ਨਜ਼ਰੇ ਬਾਤ ਤੋਂ ਬਚਾਵੇ ਕਿਤੇ ਦੁਸ਼ਮਣ ਦੀ ਨਜ਼ਰ ਨਾ ਲੱਗੇ। ਬਾਕੀ ਲੈਵਲ ਹੈ ਵੀ ਜੋਟੀ ਦਾ, ਲੈਵਲ ਜੋਟੀ ਦਾ ਲੈਵਲ ਹੈ ਅੱਲਾ ਦੇ ਫਜ਼ਲ ਨਾਲ। ਇਹ ਆਮ ਜੰਮਦੀਆਂ ਹੀ ਨਹੀਂ ਹੈ ਭਾਈ ਇਹਦੀਆਂ, ਨਾ ਇਹ ਜਾ ਥਣ ਲੱਗੇ ਔਰ ਨਾ ਇਹ ਜੀ ਜ਼ਾਤ ਲੱਗੇ, ਨਾ ਇਹ ਜਾ ਖਾਨਦਾਨ, ਮੈਂ ਵੜਦੀ ਵੀ ਵਿੱਚ ਆਪਣਾ ਖਾਲੇ ਦੇ, ਨਾ ਇਹ ਜਾ ਥਣ, ਨਾ ਇਹ ਜਾ ਮੈਂ ਇਹਨੂੰ ਨਸਲ, ਮੈਂ ਤੇ ਪੈਰ ਐਂ ਨੇ ਜਿਵੇਂ ਘੋੜਿਆਂ ਦੇ ਥੰਮ ਥੰਮਾਂ ਵਰਗੇ, ਐਡੀ ਬਰੀਕ ਮੈਂ ਜ਼ਮਾਨੇ ਵਿੱਚ ਕੋਈ ਨਹੀਂ, ਮਾਸ਼ਾ ਬੰਦਾ ਲੰਮਾ ਪਾ ਦੇ ਕੋਈ ਵੇਖੇ ਤਾਂ ਮਾਸ਼ਾ ਬਣ ਜਾ ਕੋਈ ਜ਼ਰੇ ਨਹੀਂ, ਮਾਸ਼ਾਅੱਲਾ ਮਾਸ਼ਾਅੱਲਾ ਐਂ ਹੋ ਕੇ ਸਿਰ ਕਰੇ ਹੁਣ ਵੇਖੇ ਫਿਰ ਜਿੱਦੀ ਆ ਜੁੱਟੀ ਫਸ ਚੈੱਕ ਕਰ ਆ ਫਸ ਜਾਂ ਨਹੀਂ ਸ਼ਾਇਦ ਕੋਈ ਐਂ ਕੜਾਂ ਤੇ ਆਈ ਖਲੀ ਹੈ। ਹਾਂ ਨਾ 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 ਫਸ ਕੀਤਾ ਦਾ ਲਿਆ ਮੈਂ ਜੇ 7 8 ਦਿਨ 6 7 ਦਿਨ ਆਪਾਂ ਸੋਚ ਸਮਝਦੇ ਪਏ ਹਾਂ ਜੀ 6 7 ਦਿਨ ਮੈਂ ਐਂ ਕੰਮ ਨਾਲ ਹੁਣ ਨਹੀਂ ਤੁਰ ਸਕਦੀ, ਵੱਟ ਕੱਢ ਦੇਗੀ, ਵੱਟ ਕੱਢ ਦੇਗੀ ਉਹ ਲੈਣੀ ਕਿਸੇ ਆਸ਼ਿਕ ਨੇ ਹੈ ਹਰ ਬੰਦੇ ਦਾ ਸ਼ੌਕ ਪੂਰਾ ਉਸ ਸਿਆ ਜੱਲ ਦਾ ਇਨਸ਼ਾਅੱਲਾ। ਇਹ ਜੀਆਂ ਪਹਿਲਣਾ ਨੀਲੀ ਜੰਮਦੇ ਨਹੀਂ, ਮੂੰਹ ਦਾ ਕੋਈ ਅੰਦਾਜ਼ਾ ਹੈ? ਹਲਦੀ ਨਹੀਂ ਪਾ ਜੀ 6 ਦੰਦੇ ਮੂੰਹ ਤੋਂ ਛੱਗੀ ਹੈ ਵੇਖ ਜਵਾਰੀਆਂ ਦੇ ਲਾਣੇ ਨੇ, ਹੀਰਿਆਂ ਦੇ ਰੇਟ, ਸੁਨਿਆਰਿਆਂ ਦੇ ਲਾਣੇ ਨੇ, ਸੋਨੇ ਦੇ ਰੇਟ ਅੱਜ ਲੱਗ ਪਤਾ ਜਾਏਗਾ। ਆਪਸ ਆ ਜਾ ਯਾਰ, ਬਸ ਹੁਣ ਇੰਨੀ ਬੜੀ ਹੈ ਤੇ ਬੜੀ ਗੱਲ ਕਰ ਲਈਏ, ਮੈਂ ਪੂਰੀ ਵਿਖਾ ਲਈ ਤੇ ਹੁਣ ਆਪਾਂ ਕਿਸੇ ਨਾਲ ਕੋਈ ਰੇਟ ਦੀ ਬਾਤ ਵੀ ਗੱਲ ਕਰਨੀ ਹੈ ਤੇ ਆਪਾਂ ਇੰਨੀ ਤਰੀਫਾਂ ਦੇ ਨਾਲ ਬੈਠੇ ਨਹੀਂ ਨਹੀਂ ਅੱਲਾਹ ਦੀ ਸੋਹਣਾ ਮਾਲ ਮੇਰੇ ਰੱਬ ਨੇ ਬਣਾਈ ਹੈ ਨਾ ਜੀ, ਅੱਲਾਹ ਚੀਜ਼ ਵੀ ਸੋਹਣੀ ਮਖਲੂਕ ਹੈ। ਆਪ ਸਭ ਬਿਸਮਿਲ੍ਲਾ ਕਰਕੇ ਜਨਾਬ, ਪਹਿਲਾ ਸੁਆ ਹੈ ਭਾਈ 7 ਦਿਨ ਸਾਰੇ ਵੇਨੇ ਫੁੱਤ ਚੰਗੀ ਤਕੜੀ ਕੀਤੀ ਹੈ, 5 7 ਦਿਨ ਕੱਢ ਜਾਸੀ ਨਹੀਂ, ਹਾਲੇ ਪੂੜੇ ਛੋੜੇ ਸੱਟੇ ਨਹੀਂ ਹੈ, ਸਾਰ ਨਹੀਂ ਛੱਡੀ ਬਿਲਕੁਲ ਤਕੜੀ ਵੇ। ਇੱਥੇ ਹੀ ਆਈਡੀਆ ਲਾਉਂਦੇ ਨੇ ਕਿ ਮੈਂ ਅਜੇ 5 4 ਦਿਨ 6 ਦਿਨ ਨਹੀਂ ਸੁਆ, 5 6 ਦੇ ਪੱਕੇ। ਹੁਣ ਮੁਖਤਸਰ ਜੀ ਗੱਲ, ਕਿੱਸਾ ਹੈ ਮੁਖਤਸਰ ਹੋਵੇ ਬਹੁ, ਲੋਕ ਤਾਂ ਮਤਲਬ ਕਿ ਨਾ ਰੇਟ ਕਰਨ ਤੋਂ ਪਹਿਲਾਂ ਤਾਰੀਫ ਕਰਦੇ ਆ, ਇਹ ਵੇਖੋ ਉਹ ਅਸੀਂ ਕੁਛ ਨਹੀਂ, ਇਹ ਸੋਨਾ ਹੈ, ਹਰ ਸੋਨਾ ਹੈ, ਮਿੱਟੀ ਹੈ ਸਾਰੇ ਵੇਦੇ ਪਏ ਸਾਰਿਆਂ ਸਾਹਿਬ, ਇਹ ਸੋਨਾ ਹਰ ਬੰਦਾ ਹੀ ਪਛਾਣ ਸੀ ਅੱਲਾ ਦੇ ਨਾਲ, ਐਵੇਂ ਹੀ ਪਛਾਣ ਵਾਲੇ ਪਛਾਣ, ਠੀਕ ਹੈ ਨਾ। ਜਿਹਨ ਅੱਖਾਂ 'ਚ ਕੁਕਰੇ ਨੇ ਅੱਜ ਸਫੈਦ ਮੋਤੀਆਂ ਨੇ ਲੈਣੀ, ਉਹਨੇ ਨਹੀਂ ਲੈਣੀ, ਲੈਣੀ ਅੱਖਾਂ ਲੈਣੇ ਇਨਸ਼ਾਅੱਲਾ ਉਹਨੂੰ, ਲੇਕਿਨ ਜਿੰਦੇ ਨਸੀਬ ਵਿੱਚ ਹੋਗੀ ਨਾ ਦੁਆ ਕਰਾਂਗੇ ਔਰ ਇਨਸ਼ਾਅੱਲਾ ਉਹ ਖੁਸ਼ ਹੋ ਜਾਏਗਾ। ਚਲੋ ਪਹਿਲੀ ਵੀ ਤੇਰੀ ਪਹਿਲਣ ਵਿੱਚ ਹੀ ਹੈ ਜਿਸ ਦੀ ਅਧਿਕਾਰ ਵਾਲੀ ਜੀ, ਆ ਬਦ ਤਾਰੀਫ ਕਰਦੇ ਪਏ ਨੇ ਅਜੇ ਵੀ ਮੈਂ, ਅੱਲਾ ਸੋਹਣਾ ਅੱਲਾ ਸੋਹਣਾ, ਅੱਲਾ ਦੇ ਫਜ਼ਲ ਨਾਲ ਉਹਨਾਂ ਦੇ ਨਸੀਬ ਹੀ ਕਰੇ ਜੀ, ਇਹ ਮੈਂ ਵੀ ਇਨਸ਼ਾਅੱਲਾ ਰਿਕਾਰਡ ਕੱਢੇਗੀ ਅੱਲਾ ਦੇ ਹੁਕਮ ਨਾਲ, ਨਾ ਕੱਢੇਗੀ ਨੀਲੀ ਜੀ। ਰੇਟ ਤਾਂ ਬਹੁਤ ਜਿੰਨਾ ਮਰਜ਼ੀ ਕੀਤੀ ਜਾਈਏ ਲੇਕਿਨ ਪਿਆਰ ਵਾਲੀ ਗੱਲਾਂ, ਠੀਕ ਹੈ ਪਹਿਲੇ ਤੂੰ ਆਣਾ ਕਿ ਯਾਰ ਨਾ ਵੀਰ ਨੇ, ਨਾ ਮੈਂ ਉੱਤੇ ਬੈਠ ਕੇ ਗੱਲ ਪਿਆਰ ਲਾ ਕੇ ਸਮਝਾਣਾ ਹੀ, ਹਾਂਜੀ ਨਾ ਮੈਂ ਇਹਦੀ ਆਦਤ ਤੇ ਆਏ ਐ, ਮੈਂ ਤਿਆਰ ਖੜੀ ਤੇ ਬਿਸਮਿਲ੍ਲਾ ਕਰਕੇ ਵੀਡੀਓ ਸ਼ੁਰੂ ਕੀਤੀ, ਤੈਨੂੰ ਆਖਿਆ ਹਯਾ ਨਾ ਮੁਲ ਕਰੀ, ਭਰਾ ਬਣ ਕੇ ਮੁਲ ਕਰੀ, ਮੈਂ ਹਯਾ ਸੀ ਇਨਸ਼ਾਅੱਲਾ ਕਰੋ ਜੀ ਬਿਸਮਿਲ੍ਲਾ, ਮੁਲ ਬਿਲਕੁਲ ਮناسب ਬਾਈ, 6,90,000 ਆਏ ਆਏ ਅੱਜ ਨਾ ਕੋਈ ਰੂਹ ਰਾਜ਼ੀ ਹੋਵੇ ਤਾਂ ਹੋਰ ਮੈਨਾਂ ਕੀ ਵਾਕੇ ਗੱਲ ਆ, ਮਜ਼ਾ ਆਏ ਆਪਸ ਕੋ ਪਿਆਰ ਆ ਜਾ, ਕਾਟਨ ਦਾ ਨਹੀਂ ਪਿਆਰ ਹੋਰ ਕਰਾਵਾਂ, ਇਹ ਕਾਟਨ ਦੇ ਸਦੀ ਕੱਲ ਤੂੰ ਕਾਟਨ ਪਾਈ, ਮੈਨੂੰ 5 ਸਾਲ ਹੋ ਗਏ, ਮੈਨੂੰ 5 ਸਾਲ ਹੋ ਗਏ ਇਹਨਾਂ ਦੇ ਮੱਥੇ ਲੱਗਦੇ ਆ, ਇਹਨੇ ਅੱਜ ਮੈਂ ਇਹਦੇ ਪਹਿਲੇ ਕਾਟਨ ਨੇ ਕੀਤੇ ਨੇ, ਕਾਟਨ ਦਾ ਵਾਸਤਾ ਹੀ ਐਸਾ, ਮੈਂ ਆ ਕਿ ਮੇਰੇ ਮਿਆਰ ਮੈਂ ਆ ਨਾ ਮਿਆਰ ਤੇ, ਹਾਂਜੀ ਮੈਂ ਨਾ ਮਿਆਰ ਹੈ, ਕਾਟਨ ਦੇ ਸਦਕੇ ਕੋ ਪੈਸੇ ਚਾਹੀਦੇ।
ਮੇਰੀ ਜੋਟੀ ਬੜੀ ਪਿਆਰੀ ਹੈ ਯਾਰ, ਕਸਰ ਨਹੀਂ ਹੈ ਜੋਟੀ ਆਪਣੇ ਅੱਲਾ ਦੇ ਅੱਲਾ ਦੇ ਹੁਕਮ ਹੋਰ ਬਣੀ ਨੀ ਹੈ। 10 ਲੱਖ ਦੀ 6,80,000 ਰੁਪਇਆ ਆਪਸ ਮੈਂ ਤੈਨੂੰ ਛਡਾਣਾ ਦੇਣੀ, ਜਿੰਨੀ ਸਮਝ ਚ ਹੋਵੇ ਉਹ ਮੁੱਲ ਲਾਵੇ, ਜਿੰਨੀ ਸਮਝ ਚ ਹੋਵੇ ਮੁੱਲ ਨਾ ਲਾਵੇ, ਬਿਲਾ ਸ਼ੱਕ ਸਾਨੂੰ ਕੋਈ ਇਤਰਾਜ਼। ਜਿਹਦੀ ਸਮਝ ਚ ਝੋਟੀ ਆਵੇ ਉਹ ਮੁੱਲ ਲਾਵੇ, ਜਿਹਦੀ ਸਮਝ ਆਵੇ ਉਹ ਨਾ ਲਾਵੇ, ਨਾ ਲਾਵੇ ਕੋਈ ਰੋਲਾ ਨਹੀਂ ਹੈ। ਵਿਕਦਾ ਨਸੀਬ ਹੈ, ਲੈਣਾ ਨਸੀਬ ਹੈ, ਨੂਰ ਦੇਣਾ ਤੇ ਪੈਸੇ ਲੈਣਾ, ਬਿਲਕੁਲ ਰਿਜ਼ਕ ਲੈਣਾ, ਰਿਜ਼ਕ ਦੇਣਾ ਤੇ ਰਿਜ਼ਕ ਲੈਣਾ, ਐਵੇਂ ਜਿਵੇਂ ਦੀ ਗੱਲ ਕੋਈ ਨਹੀਂ। ਮੌਕੇ ਤੇ ਆਓ, ਮੈਂ ਹਮੇਸ਼ਾ ਮੌਕੇ ਤੇ ਆਓ ਤਸੱਲੀ ਕਰੋ, ਸਾਨੂੰ ਖੁਸ਼ੀ ਹੈ। ਮੌਕੇ ਤੇ ਆ ਕੇ ਮੈਂ ਵੇਖੋ, ਅਗਰ ਮੈਂ ਜੋ ਵਿਖਾਉਂਦੇ ਪਿਆ ਅਗਰ ਉਸ ਤੋਂ ਡਬਲ ਨਾ ਹੋਵੇ, ਅਸੀਂ ਆਉਣ ਜਾਣ ਦੇ ਕਿਰਾਏ ਦੇ ਹੱਕਦਾਰ ਹੈ, ਜੋ ਦੱਸਿਆ ਉਹ ਨਾ ਹੋਵੇ ਅਸੀਂ ਤਾਂ ਵੀ ਹੱਕਦਾਰ ਹੈ। ਬਾਕੀ ਵੀਡੀਓ ਦਾ ਚਸ ਆ ਗਈ ਹੈ ਤੇ ਜਿਹੜੇ ਵੀਰ ਨੂੰ ਲੱਗੇ ਚੰਗੀ ਉਹ ਕਰੇ ਜਨਾਬ ਕਮੈਂਟ, ਉਹ ਕਰੇ ਇਹਨੂੰ ਰੀਪੋਸਟ ਵੀ, ਉਹ ਕਰੇ ਜਨਾਬ ਇਹਨੂੰ ਸ਼ੇਅਰ ਵੀ, ਲਾਈਕ ਵੀ, ਕਮੈਂਟ ਵੀ, ਔਰ ਆਪਣੀ ਰਾਏ ਨਾਲ ਬਹੁਤ ਸਾਰਾ ਪਿਆਰ ਦਿੱਤਾ ਕਰੋ, ਦਿੰਦੇ ਰਹੇ ਹੋ, ਹੁਣ ਵੀ ਦਿਓ, ਔਰ ਇਨਸ਼ਾਅੱਲਾ ਪਾਕਿਸਤਾਨ ਜ਼ਿੰਦਾਬਾਦ ਹੈ, ਪਾਕ ਆਰਮੀ ਹਮੇਸ਼ਾ ਜ਼ਿੰਦਾਬਾਦ ਹੈ।